ਆਸਥਾ ਮਨੁੱਖ ਦਾ ਮੂਲ ਸੁਭਾਅ ਹੈ। ਇਸ ਪੂਰੀ ਕਾਇਨਾਤ ਨੂੰ ਚਲਾਉਣ ਵਾਲੀ ਉਹ ਪਰਮ ਸ਼ਕਤੀ, ਉਹ ਪਰਮ ਪਰਮਾਤਮਾ ਦੇ ਪ੍ਰਤੀ ਮਨੁੱਖ ਸਦਾ ਤੋਂ ਹੀ ਆਸਥਾਵਾਨ ਰਿਹਾ ਹੈ। ਆਪਣੀ ਸਮਝ ਦੇ ਅਨੁਸਾਰ ਹਰ ਮਨੁੱਖ ਕਿਸੇ ਨਾ ਕਿਸੇ ਜੀਵਨ ਪੁੰਜ ਦੇ ਪ੍ਰਤੀ ਆਸਥਾਵਾਨ ਜ਼ਰੂਰ ਹੁੰਦਾ ਹੈ। ਉਹ ਪਰਮ ਪਰਮਾਤਮਾ ਪਾਸੋਂ ਬਖਸ਼ਿਸ਼ ਹੋਈ ਇਸ ਅਮੂਲ ਜ਼ਿੰਦਗੀ ਦੇ ਪ੍ਰਤੀ ਮਨੁੱਖ ਦੇ ਸ਼ੁਕਰਾਨੇ ਭਾਵ ਨੂੰ ਹੀ ਆਸਥਾ ਆਖਿਆ ਜਾਂਦਾ ਹੈ। ਅੱਜ ਅਸੀਂ ਐਸੀ ਹੀ ਇੱਕ ਆਸਥਾ ਪੁੰਜ ਦੇ ਦਰਸ਼ਨ 'ਤੇ ਚੱਲ ਰਹੇ ਹਾਂ ਜਿੱਥੇ ਲੋਕਾਂ ਦੀ ਸ਼ਰਧਾ ਬੜੀ ਗਹਿਰੀ ਹੈ। ਸਿੱਖਾਂ ਦੀ ਪਹਿਲੀ ਪਾਤਸ਼ਾਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਧਰਤੀ ਵੇਰਕਾ ਵਿਖੇ ਸਥਿਤ ਗੁਰਦੁਆਰਾ ਸ਼੍ਰੀ ਨਾਨਕਸਰ ਵਿਖੇ ਜਿੱਥੇ ਲੋਕ ਬੜੀ ਸ਼ਰਧਾ ਦੇ ਨਾਲ ਮੱਥਾ ਟੇਕਦੇ ਹਨ। ਬੱਚੇ ਸੁੱਕੇ ਜਿਹੜੇ ਉਹ ਹਰੇ ਹੁੰਦੇ ਆ, ਉਹਨਾਂ ਦੀ ਸੁੱਖਣਾ 5 ਐਤਵਾਰ ਨਵਾਈਦੇ ਆ, ਉਹ ਪੜੋਲੀ ਵਰਗੂ ਮੋਟੇ ਹੋ ਜਾਂਦੇ ਆ, ਫਿਰ ਉਹਨਾਂ ਦੀ ਉਹ ਸੁੱਖਣਾ ਲਾਉਣ ਆਈਦਾ ਵਾ। ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਕਾਲ ਵਿੱਚ ਜਿਹੜੀਆਂ ਮਸ਼ਹੂਰ ਉਦਾਸੀਆਂ ਕੀਤੀਆਂ, ਉਹਨਾਂ ਵਿੱਚੋਂ ਇੱਕ ਉਦਾਸੀ ਕਰਨ ਤੋਂ ਵਾਪਸ ਪਰਤਦੇ ਹੋਏ ਉਹ ਜਦੋਂ ਪਾਕਿਸਤਾਨ ਤੋਂ ਬਟਾਲੇ ਵੱਲ ਜਾ ਰਹੇ ਸਨ, ਉਸ ਵੇਲੇ ਉਹਨਾਂ ਵੇਰਕੇ ਦੀ ਇਸ ਧਰਤੀ 'ਤੇ ਆਰਾਮ ਕਰਨ ਦੇ ਲਈ ਡੇਰਾ ਲਗਾਇਆ। ਜਦੋਂ ਸੰਗਤਾਂ ਦੇ ਕੰਨਾਂ ਦੇ ਵਿੱਚ ਗੁਰੂ ਜੀ ਦੇ ਇੱਥੇ ਪਹੁੰਚਣ ਦੀ ਭਨਕ ਪਈ, ਲੋਕ ਹੁੰਮਾ ਕੇ ਗੁਰੂ ਜੀ ਦੇ ਦਰਸ਼ਨਾਂ ਦੇ ਲਈ ਇੱਥੇ ਪਹੁੰਚਣ ਲੱਗੇ। ਇਸੇ ਸੰਗਤ ਵਿੱਚ ਗੋਦ ਵਿੱਚ ਚੁੱਕੇ ਆਪਣੇ ਬੱਚੇ ਨਾਲ ਆਈ ਇੱਕ ਔਰਤ ਨੇ ਵੀ ਗੁਰੂ ਜੀ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਅਤੇ ਆਪਣੇ ਕਮਜ਼ੋਰ ਬੱਚੇ ਦੀ ਤੰਦਰੁਸਤੀ ਦੇ ਲਈ ਗੁਰੂ ਜੀ ਅੱਗੇ ਗੁਜ਼ਾਰਿਸ਼ ਕੀਤੀ। ਗੁਰੂ ਜੀ ਨੇ ਅਸੀਸ ਦਿੱਤੀ ਅਤੇ ਨੇੜੇ ਪਾਣੀ ਦੀ ਛੱਪੜੀ ਵੱਲ ਇਸ਼ਾਰਾ ਕਰਦਿਆਂ ਉਸ ਵਿੱਚ ਬੱਚੇ ਨੂੰ ਇਸ਼ਨਾਨ ਕਰਾਉਣ ਦੇ ਲਈ ਆਖਿਆ। ਬੱਚੇ ਨੂੰ ਜਦ ਉਸ ਛੱਪੜੀ ਵਿੱਚ ਇਸ਼ਨਾਨ ਕਰਵਾਇਆ ਗਿਆ ਤਾਂ ਬੱਚਾ ਇੱਕਦਮ ਤੰਦਰੁਸਤ ਹੋ ਗਿਆ। ਬਸ ਉਸ ਦਿਨ ਤੋਂ ਅੱਜ ਤੱਕ ਇਹ ਆਸਥਾ ਪੱਕੀ ਹੋ ਗਈ। ਅਤੇ ਹਰ ਮਨੋਕਾਮਨਾ ਦਿਲ ਦੀ ਜਿਹੜੀ ਪੂਰੀ ਹੁੰਦੀ ਆ, ਜਿਸ ਤਰ੍ਹਾਂ ਕਿ ਸਰੋਵਰ ਬਣਿਆ ਹੋਇਆ ਵਾ, ਇੱਥੇ ਜਿਹੜੇ ਬੱਚੇ ਸਰੀਰ ਤੋਂ ਕਮਜ਼ੋਰ ਨੇ ਜਾਂ ਕਿਸੇ ਬਿਮਾਰੀ ਤੋਂ ਨਾਲ ਹੈਗੇ ਨੇ, ਉੱਥੇ ਇਹਨਾਂ ਦੇ ਇਸ਼ਨਾਨ ਕਰਾਉਣ ਨਾਲ ਜਿਹੜੀ ਆ ਉਹ ਰੋਗ ਦੂਰ ਹੋ ਜਾਂਦਾ ਹੈ। ਸਭ ਤੋਂ ਵੱਡੀ ਮਾਨਤਾ ਇਹ ਹੈਗੀ ਹੈ। ਲੋਕ ਇੱਥੇ ਗੁਰੂ ਨਾਨਕ ਦੇਵ ਜੀ ਦੀ ਯਾਦ ਦੇ ਵਿੱਚ ਸਥਾਪਿਤ ਗੁਰਦੁਆਰਾ ਨਾਨਕਸਰ ਵਿਖੇ ਮੱਥਾ ਟੇਕਣ ਆਉਂਦੇ ਹਨ ਅਤੇ ਬੱਚਿਆਂ ਨੂੰ ਇਸੇ ਸਥਿਤ ਪਵਿੱਤਰ ਸਰੋਵਰ ਵਿੱਚ ਇਸ਼ਨਾਨ ਕਰਵਾਉਂਦੇ ਹਨ ਅਤੇ ਉਹਨਾਂ ਦੀ ਤੰਦਰੁਸਤੀ ਦੇ ਲਈ ਅਰਦਾਸ ਵੀ ਕਰਦੇ ਹਨ। ਗੁਰੂ ਦੀ ਕਿਰਪਾ ਨਾਲ ਉਹਨਾਂ ਦੀ ਹਰ ਮੁਰਾਦ ਇੱਥੇ ਪੂਰੀ ਹੁੰਦੀ ਹੈ। ਹਰ ਸਾਲ ਗੁਰਦੁਆਰਾ ਨਾਨਕਸਰ ਵਿਖੇ ਮਾਰਚ ਦੇ ਮਹੀਨੇ ਵਿੱਚ ਬੜਾ ਭਾਰੀ ਮੇਲਾ ਵੀ ਲੱਗਦਾ ਹੈ। ਗੁਰੂ ਨਾਨਕ ਦੇਵ ਜੀ ਦੇ ਸਲਾਹ ਦੇ ਸੰਬੰਧ ਵਿੱਚ ਸਲਾਣਾ ਜੋੜ ਮੇਲੇ ਦੇ ਮੌਕੇ 'ਤੇ 2 ਦਿਨ ਦੇ ਜੋੜ ਮੇਲੇ ਮੌਕੇ ਸ਼੍ਰੀ ਖੰਡਪੁਰ ਸਾਹਿਬ ਇਲਾਕੇ ਦੀਆਂ ਸੰਗਤਾਂ ਵੱਲੋਂ ਗੁਰੂ ਘਰ ਦੇ ਪ੍ਰੇਮੀਆਂ ਵੱਲੋਂ ਰਖਵਾਏ ਜਾਂਦੇ, ਜਿਨ੍ਹਾਂ ਦੇ ਭੋਗ ਪਾਏ ਗਏ ਹਨ ਅਤੇ ਖੁੱਲ੍ਹੇ ਪੰਡਾਲ ਅੰਦਰ ਧਾਰਮਿਕ ਦੀਵਾਨ ਸਜਾਏ ਗਏ ਹਨ, ਜਿਸ ਵਿੱਚ ਢਾਡੀ, ਰਾਗੀ, ਕਵੀਸ਼ਰ, ਪ੍ਰਚਾਰਕ, ਕਵੀ ਸਾਹਿਬਾਨ ਪਹੁੰਚ ਕੇ ਗੁਰੂ ਸਾਹਿਬ ਦੇ ਇਤਿਹਾਸ ਤੋਂ ਸੰਗਤਾਂ ਨੂੰ ਜਾਣੂ ਕਰਾ ਰਹੇ ਹਨ। ਮੇਲੇ ਵਿੱਚ ਧਾਰਮਿਕ ਦੀਵਾਨ ਵੀ ਸਜਾਏ ਜਾਂਦੇ ਹਨ ਅਤੇ ਇੱਥੇ ਆਈਆਂ ਸੰਗਤਾਂ ਦੇ ਲਈ ਲੰਗਰ ਦੀ ਵੀ ਬੜੀ ਸੁਚਾਰੂ ਵਿਵਸਥਾ ਕੀਤੀ ਜਾਂਦੀ ਹੈ। ਇਸ ਮੇਲੇ ਵਿੱਚ ਸੰਗਤਾਂ ਦੂਰ ਦਰਾਜ ਦੇਸ਼ਾਂ ਵਿਦੇਸ਼ਾਂ ਤੋਂ ਆ ਕੇ ਆਪਣੀ ਹਾਜ਼ਰੀ ਲਗਾਉਂਦੀਆਂ ਹਨ ਅਤੇ ਗੁਰੂ ਘਰ ਪ੍ਰਤੀ ਆਪਣੀ ਅਥਾਹ ਆਸਥਾ ਪ੍ਰਗਟ ਕਰਦੀਆਂ ਹਨ।